ਵੀਡੀਓ ਬਣਾ ਲਓ ਤੁਸੀਂ ਉਹ ਦਿਦਾ ਉੱਪਰ ਕਰ ਹੀ ਆ ਰਹੇ ਦੌੜ ਕਰ ਲਾ ਤੂੰ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਹਾਲ ਚਾਲ ਪੁੱਛੇ ਦੀ ਕੀ ਹਾਲਾਤ ਸੀ ਉਹਨਾਂ ਦੇ ਦੇਖੋ ਜੋ ਕੁਛ ਪਿਛਲੇ ਦਿਨਾਂ 'ਚ ਪੰਜਾਬ 'ਚ ਜੋ ਹਾਲਾਤ ਬਣ ਰਹੇ ਆ ਉਹਨਾਂ ਹਾਲਾਤਾਂ ਦੇ ਬਾਰੇ ਸਾਰੀ ਚਿੰਤਿਤ ਜੋ ਵੀ ਪੰਜਾਬ ਦਾ ਪੰਜਾਬੀਅਤ ਦਾ ਹਿੰਦੂ ਸਿੱਖ ਏਕਤਾ ਦਾ ਮਦਈ ਆ ਉਹ ਪੰਜਾਬ 'ਚ ਮੁੜ ਕੇ ਉਹ ਹਾਲਾਤ ਨਹੀਂ ਵੇਖਣਾ ਚਾਹੁੰਦਾ ਜਦੋਂ ਹਜ਼ਾਰਾਂ ਲੱਖਾਂ ਕੀਮਤੀ ਜਾਨਾਂ ਗਈਆਂ ਔਰ ਜੋ ਕੁਛ ਜਨਾਲੇ 'ਚ ਹੋਇਆ ਉਸ ਦੀ ਹਰੇਕ ਨੇ ਨਿੰਦਿਆ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਨਹੀਂ ਲਿਆ ਗਿਆ ਆੜ ਲਈ ਔਰ ਉਸ ਆੜ 'ਚ ਨਿਹੱਤਿਆਂ 'ਤੇ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਭਲਾ ਤਾਂ ਕੀ ਉੱਥੇ ਇੱਕ ਆਪਦੀ ਜਿਵੇਂ ਦੋ ਬੱਚੇ ਲੜਦੇ ਨਾ ਨਿਆਣੇ ਉਹ ਡੁਪਲੀਕੇਟ ਅਤੇ ਉਹ ਦੂਜੇ ਨਾਲ ਲੜਿਆ ਕਈ ਦੇ ਕਮੈਂਟਾਂ 'ਤੇ ਯਾਰ ਦੱਸੋ ਕਿਸੇ ਗੁਰੂ ਦੇ ਸਿੱਖ ਨੂੰ ਕਮੈਂਟ ਦਾ ਕੋਈ ਅਸਰ ਹੈ? ਕਮੈਂਟ ਬੜੀ ਦੁਨੀਆ ਕਰਦੀ ਹੈ। ਗੁਰੂ ਦੇ ਸਿੱਖ ਦਾ ਵਿਸ਼ਾਲ ਹਿਰਦਾ ਹੁੰਦਾ। ਚਲੋ ਜੋ ਕੁਛ ਉੱਥੇ ਹੋਇਆ ਮੈਂ ਉਹਦੀ ਪਹਿਲਾਂ ਵੀ ਉਸਨੂੰ ਕੰਡੈਮ ਕੀਤਾ ਔਰ ਮੈਂ ਸਰਕਾਰ ਦਾ ਬੜਾ ਵੱਡਾ ਫੇਲੀਅਰ ਮੰਨਦਾ। ਅੱਜ ਵੀ ਦੇਖੋ ਸਰਕਾਰਾਂ ਬਦਲਦੀਆਂ ਰਹਿਣਗੀਆਂ। ਅਸੀਂ ਵੀ ਕਈ ਅਫਸਰਾਂ ਨਾਲ ਆਪਦੇ ਵੇਲੇ 'ਚ ਜਦੋਂ ਐਜ਼ ਮਿਨਿਸਟਰ ਐਜ਼ ਐਮ ਐਲ ਏ ਕੰਮ ਕੀਤਾ। ਭਾਈਚਾਰਕ ਵੀ ਹੁੰਦੀ ਆ, ਇਨਸਾਨੀਅਤ ਵੀ ਹੁੰਦੀ ਆ। 18 ਟਾਂਕੇ ਇੱਕ ਐਸ ਪੀ ਦੇ ਲੱਗੇ ਹੋਣ ਜੁਗਰਾਜ ਸਿੰਘ ਦੇ, ਦੇਖੋ ਉਹਦਾ ਪਤਾ ਲੈਣਾ ਮੈਂ ਸਮਝਦਾ ਹਰੇਕ ਪੰਜਾਬੀ ਦਾ ਫਰਜ਼। ਜਿਨ੍ਹਾਂ ਨੇ ਐਡਾ ਸੰਯਮ ਵਿਖਾਇਆ, 18 ਟਾਂਕੇ ਲਵਾ ਲਏ, ਸਿਰ ਪੜਵਾ ਲਿਆ, ਉਹ ਸਾਰੇ ਮੁਲਾਜ਼ਮਾਂ ਦਾ ਪਤਾ ਲੈਣਾ ਚਾਹੀਦਾ। ਇਸ ਲਈ ਇਹ ਮੁਲਾਜ਼ਮਾਂ ਦਾ ਪਤਾ ਇਸ ਲਈ ਲੈ ਰਹੇ ਕਿਉਂਕਿ ਉਹਨਾਂ ਨੇ ਤਾਂ ਆਪਦੀ ਡਿਊਟੀ ਕਰ ਰਹੇ ਸੀ, ਉਹਨਾਂ ਦੀ ਪਰਸਨਲ ਲੜਾਈ ਕੋਈ ਨਹੀਂ। ਮਗਰ ਜਿਨ੍ਹਾਂ ਨੇ ਨਿਹੱਤਿਆਂ 'ਤੇ ਵਾਰ ਕੀਤਾ ਉਹ ਆਪਦੇ ਆਪ ਨੂੰ ਗੁਰੂ ਦੇ ਸਿੱਖ ਹੋਣ ਲੋਕ ਜੋਗੇ ਹੈ ਕਿ ਨਹੀਂ ਜੋਗੇ ਤਾਂ ਸਵਾਲ ਆਪਦੇ ਆਪ 'ਚ ਕਰਨ ਆਪਦੇ ਆਪ ਨੂੰ। ਗੁਰੂ ਦਾ ਸਿੱਖ ਤਾਂ ਹਰੇਕ ਦਾ ਭਲਾ ਮੰਗਦਾ, ਇਹ ਕਿੱਥੋਂ ਦਾ ਸਿਸਟਮ ਹੈ? ਔਰ ਜਿਸ ਥਾਣੇ 'ਚ ਲਾਹਣ ਵੀ ਪਈ ਸੀ, ਜਿਸ ਥਾਣੇ 'ਚ ਕੁੱਕੜ ਵੀ ਵੱਢੇ ਜਾਂਦੇ ਆ, ਜਿਸ ਥਾਣੇ 'ਚ ਹਰ ਕਿਸਮ ਦਾ ਉੱਥੇ ਰਿਕਵਰੀ ਹੋ ਕੇ ਉੱਥੇ ਜਾਂਦੀ ਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਲੈ ਜਾਓ, ਤੁਸੀਂ ਕਿੱਡੇ ਕੁ ਸਿਆਣੇ ਹੋ, ਕਿੱਡੀ ਅਕਲ ਵਾਲੇ ਹੋ, ਗੱਲ ਤਾਂ ਇੱਥੋਂ ਹੀ ਸਮਝ। ਭਾਈ ਅੰਮ੍ਰਿਤਪਾਲ ਨੇ ਆਪ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਪਾਲ ਦੇ ਵੱਲੋਂ, ਕਿਉਂਕਿ ਇੱਕ ਥਾਣੇ ਦੇ ਨਿਰਾਦਰ ਤਾਂ ਬਹੁਤ ਵੱਡਾ ਕੀਤਾ ਜੀ। ਔਰ ਜਿਹੜਾ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਿਲੋਂ ਸਤਿਕਾਰ ਕਰਦਾ ਨਾ ਮੇਰਾ ਵੀਰ, ਇੱਕ ਹੁੰਦਾ ਆਪ ਦੀ ਪਰਸਨਲ ਲੜਾਈ, ਉਹਨਾਂ ਦੀ ਪਰਸਨਲ ਲੜਾਈ ਹੈ ਕਿਸੇ ਨਾਲ, ਪਰਸਨਲ ਲੜਾਈਆਂ ਤਾਂ ਫਿਰ ਹਰ ਘਰ 'ਚ ਹੀ ਨੇ ਕਿਸੇ ਨਾ ਕਿਸੇ ਦੀ। ਫਿਰ ਉਹ ਹਰੇਕ ਤਰ੍ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਆਪਦੇ ਮਫਾਦ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਊਗੀ। ਔਰ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਣਾ ਹੁੰਦਾ ਨਾ, ਜਿਹੜਾ ਸਤਿਕਾਰੀ ਬੰਦਾ ਹੁੰਦਾ, ਪਹਿਲਾਂ ਉਸ ਜਗ੍ਹਾ ਦੀ ਸਫਾਈ ਹੁੰਦੀ ਹੈ, ਪਾਣੀ ਨਾਲ ਸੜਕਾਂ ਸਾਫ਼ ਕੀਤੀਆਂ ਜਾਂਦੀਆਂ ਨੇ, ਜਗ੍ਹਾ ਧੋਈ ਜਾਂਦੀ ਹੈ, ਫਿਰ ਝਾੜੂ ਮਾਰਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਫੁੱਲ ਵਿਛਾਏ ਜਾਂਦੇ ਆ, ਅਤੇ ਜਿਹੜੇ ਇਸ ਤੋਂ ਵੀ ਵੱਧ ਅਦਬ ਸਤਿਕਾਰ ਦਿੰਦੇ, ਜਿਨ੍ਹਾਂ ਦੀ ਸਮਰੱਥਾ ਅਲਾਊਟ ਕਰਦੀ ਹੈ, ਉਹ ਨਵੇਂ ਕੱਪੜੇ ਦੇ ਥਾਣ ਲੈ ਕੇ ਥਾਣ ਵਿਛਾਉਂਦੇ ਨਵਾਂ ਕੱਪੜਾ ਕਿ ਮੇਰੇ ਮਾਲਕ ਨੇ ਇਸ ਰਸਤੇ ਤੋਂ ਚੱਲ ਕੇ ਜਾਣਾ, ਉਹਨੂੰ ਸਤਿਕਾਰ ਕਹੀ। ਡੀਜੀਪੀ ਨੇ ਜਿਹੜਾ ਕੋਈ ਬਿਆਨ ਦਿੱਤਾ ਆਪਦੀ ਆੜਤ ਲਈ ਵਰਤਣਾ, ਉਹਨੂੰ ਸਤਿਕਾਰ ਨਹੀਂ। ਡੀਜੀਪੀ ਦੇ ਬਿਆਨ ਤੋਂ ਬਾਅਦ ਅੰਮ੍ਰਿਤਪਾਲ ਸਾਹਿਬ ਕਹਿੰਦੇ ਆ ਕਿ ਫਿਰ ਉਸੇ ਤਰੀਕੇ ਦੇ ਡੀਜੀਪੀ ਫੇਲੀਅਰ ਹੈ ਜੀ, ਡੀਜੀਪੀ ਸ਼ੁੱਡ ਰਿਜ਼ਾਈਨ, ਚੀਫ ਮਿਨਿਸਟਰ ਐਜ਼ ਹੋਮ ਮਿਨਿਸਟਰ ਸ਼ੁੱਡ ਰਿਜ਼ਾਈਨ, ਔਰ ਉਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ। ਜੇ ਉਹ ਪੰਜਾਬ ਦੇ ਨਾਗਰਿਕਾਂ ਨੂੰ, ਪੰਜਾਬੀਆਂ ਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ, ਦੱਸੋ ਕਦੋਂ ਤੁਹਾਨੂੰ ਯਾਦ ਆਉਂਦਾ ਕਿ ਕਿਸੇ ਥਾਣੇ 'ਤੇ ਕਬਜ਼ਾ ਹੋ ਗਿਆ? ਥਾਣੇ 'ਤੇ ਕਬਜ਼ਾ ਹੋ ਜੇ, ਪੁਲਿਸ ਵਾਲਿਆਂ ਨੂੰ ਅਟੈਕ ਹੋ ਜੇ ਥਾਣੇ ਦੇ ਅੰਦਰ, ਅਤੇ ਕਿਸੇ ਡੀ ਜੀ ਪੀ ਫਿਰ ਉਹ ਤੁਹਾਨੂੰ ਤਾਂ ਮੈਨੂੰ ਕੀ ਉਹਨੇ ਇਨਸਾਫ ਦੇਣਾ? ਔਰ ਹਾਲੇ ਤੱਕ ਪਰਚਾ ਦਰਜ ਨਹੀਂ ਹੋਇਆ ਏਡੀ ਵੱਡੀ ਉੱਥੇ, ਮਤਲਬ ਅਸਲੇ ਇੱਕ ਤਾਂ ਆਮ ਤੌਰ 'ਤੇ ਕਿਸੇ ਦੇ ਸੋਸ਼ਲ ਮੀਡੀਆ ਪੇਜ 'ਚ ਵੈਪਨ ਉਹ ਛੋਟੇ ਜਿਹੇ ਮੁੰਡੇ ਦੀ ਮੈਂ ਵਿਖਾਈ ਸੀ ਗੁਰਨਾਜ ਦੀ, ਉਹਦੀ ਅਸਲਾ ਸੀ ਉਹਦੇ ਹੱਥ 'ਚ, 10 ਸਾਲ ਪੁਰਾਣੀ ਫੋਟੋ 'ਤੇ ਪਰਚਾ ਹੋ ਗਿਆ, ਕਈਆਂ 'ਤੇ ਪਰਚੇ ਹੋ ਗਏ। ਇੱਕ ਲਾਇਸੈਂਸ 'ਤੇ ਸਿਰਫ 25 ਰਾਊਂਡ ਅਲਾਊਡ ਆ, 300 ਰਾਊਂਡ ਉਹ ਲੈ ਕੇ ਬੈਠੇ, ਇੰਨਾ ਅਸਲਾ ਸੀ, ਕੋਈ ਕਾਰਵਾਈ ਨਹੀਂ। ਇਸ ਲਈ ਮੈਂ ਕਹਿੰਦਾ ਇਹ ਸਰਕਾਰ ਦਾ, ਭਗਵੰਤ ਮਾਨ ਦੀ ਸਰਕਾਰ ਦਾ, ਡੀ ਜੀ ਪੀ ਦਾ ਇਹ ਡੁਪਲੀਕੇਟ ਨਾਲ ਅੰਮ੍ਰਿਤਪਾਲ ਨਾਲ ਫਿਕਸਡ ਮੈਚ ਹੈ, ਇਹ ਸਟੇਜ ਮੈਨੇਜਡ ਹੈ, ਇਹ ਆਪਸ 'ਚ ਰਲੇ ਆ, ਇਹ ਪੰਜਾਬ ਦੇ ਪੋਲਰਾਈਜੇਸ਼ਨ ਦੀ ਇੱਕ ਬਹੁਤ ਵੱਡੀ ਸਾਜਿਸ਼ ਹੈ ਜਿਹੜੇ ਇਹਦੇ 'ਚ ਇਹ ਐਕਟਰ ਨੇ, ਨਹੀਂ ਕੋਈ ਅੱਜ ਵੀ ਐਕਸ਼ਨ ਲੈਂਦੇ। ਸੋ ਬੜਾ ਕਲੀਅਰ ਹੈ,
ਜਦ ਇਹਨਾਂ ਨੂੰ ਨਹੀਂ ਪਤਾ ਲੱਗਿਆ 70 ਕਿਲੋਮੀਟਰ ਕਿੱਥੋਂ ਚੱਲ ਕੇ ਆ ਗਿਆ। ਇੱਕ ਥਾਣਾ ਸੀ ਰਈਆ, ਟਾਂਗਰਾ, ਖਲਚੀਆਂ, ਜੰਡਿਆਲਾ ਗੁਰੂ, ਦਬੁਰਜੀ, ਪੁਲਿਸ ਲਾਈਨ, ਆ ਏਅਰਪੋਰਟ ਦਾ ਥਾਣਾ, ਰਾਜਾ ਸੰਸੀ, ਵੇਰਕਾ, ਫਿਰ ਅਜਨਾਲਾ, ਇੰਨੀਆਂ ਥਾਵਾਂ ਤੋਂ ਲੰਘ। ਸੋ ਇਹਨੂੰ ਤਦੇ ਕਹਿੰਦੇ ਆ ਫਿਕਸਡ ਮੈਚ। ਲੱਗਦਾ ਵੋਟ ਬੈਂਕ ਦੀ ਰਾਜਨੀਤੀ ਕੀਤੀ ਗਈ। ਹੋਰ ਕੀ ਹੋ ਰਿਹਾ ਜੀ? ਪੁਲਿਸ ਨੂੰ ਡਾਂਗ ਚੁੱਕੀ ਗਈ ਸੀ। ਤੁਹਾਨੂੰ ਪਤਾ ਜੀ ਉਸ ਦਿਨ ਹੋਟਲ ਦੀ ਕਿੰਨੀ ਕੈਂਸਲੇਸ਼ਨ ਹੋਈ ਹੈ? 40-45% 50% ਕੈਂਸਲੇਸ਼ਨ ਹੋ ਗਏ, ਜਿਨ੍ਹਾਂ ਦੇ ਲੋਕਾਂ ਦੀ ਰੋਜ਼ੀ ਨੂੰ ਅੱਗੇ ਨਹੀਂ ਮਿਲਦੀ ਲੋਕਾਂ ਨੂੰ ਨੌਕਰੀ, ਅਤੇ ਜਿਨ੍ਹਾਂ ਦੇ ਢਿੱਡ ਨੂੰ ਉਸ ਦਿਨ ਲੱਤ ਵੱਜੀ ਉਹਦੇ ਲਈ ਕੌਣ ਜ਼ਿੰਮੇਵਾਰ? ਕੀ ਸਰਕਾਰ ਕੰਪਨਸੇਟ ਕਰ ਰਹੀ ਹੈ? ਇਸ ਲਈ ਇਹ ਫਿਕਸਡ ਮੈਚ ਹੈ ਜੀ, ਇਹ ਰਲ ਕੇ ਖੇਡਿਆ ਜਾ ਰਿਹਾ। ਔਰ ਅੱਜ ਜਿਹੜਾ ਬੰਦਾ ਡੀ ਜੀ ਪੀ ਨੂੰ ਥਰੈਟ ਕਰ ਰਿਹਾ, ਜਿਹੜਾ ਜਾ ਕੇ ਥਾਣੇ 'ਤੇ ਕਬਜ਼ਾ ਕਰ ਰਿਹਾ, ਫਿਰ ਆਮ ਨਾਗਰਿਕ ਨੂੰ ਮੈਸੇਜ ਕੀ ਹੈ? ਲੋਕ ਸਮੇਂ ਤੇ ਆਲ ਇਜ਼ ਨਾਟ ਵੈਲ ਸਰ ਕੋਟਕ, ਆਮ ਨਾਗਰਿਕ ਨੂੰ ਇੱਕ ਮੈਸੇਜ ਹੋ ਗਿਆ ਕਿ ਪੁਲਿਸ ਕੋਲ ਨਾ ਜਾਇਓ, ਇਹ ਕੁਛ ਨਾ ਕਰਨ ਯੋਗ ਸਰ ਕੋਟਕ। ਹੁਣ ਫੈਸਲਾ ਪੁਲਿਸ ਨਹੀਂ ਕਰ ਸਕਦੀ, ਪੁਲਿਸ ਤੁਹਾਡੀ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੀ। ਦੇਖੋ ਰਿਪੋਰਟ ਬਾਰੇ ਪੜਾਂਗੇ ਤੇ ਉਹਦੇ ਬਾਰੇ ਟਿੱਪਣੀ ਹੈ। ਤਾਂ ਸਿਆਸੀ ਜੀ, ਇਹ ਤਾਂ ਪਹਿਲਾਂ ਹੀ ਭਗਵੰਤ ਮਾਨ ਹੋਰਾਂ ਨੇ ਪਹਿਲਾਂ ਹੀ ਕਹਿਤਾ ਸੀ, ਇਹ ਰਿਪੋਰਟ ਉਹਨਾਂ ਨੇ ਥੋੜ੍ਹੀ ਬਣਾਈ ਅਫਸਰਾਂ ਨੇ, ਇੱਥੇ ਇਹਨਾਂ ਦੀ ਸਿਆਸੀ ਰਿਪੋਰਟ ਆ। ਕੋਰਟ ਫੈਸਲਾ ਇਨਸਾਫ ਕਰੋ। ਅੰਮ੍ਰਿਤਪਾਲ ਕਹਿ ਰਿਹਾ ਕਿ ਜੇ ਮੇਰੇ ਸਾਥੀਆਂ ਨੂੰ ਤੇ ਕਾਰਵਾਈ ਹੋਊਗੀ ਇਹ ਤੋਂ ਵੱਡਾ ਖਰਾਬ ਕੀਤਾ ਜਾਵੇਗਾ। ਦੇਖੋ ਮੈਂ ਜੋ ਗੱਲ ਕਹਿਣੀ ਸੀ ਕਹਿ ਤੀ, ਜੇ ਡੀ ਜੀ ਪੀ ਦੀਆਂ ਲੱਤਾਂ ਕਮਜ਼ੋਰ ਹੋ ਗਈਆਂ ਨਾ, ਕਹਿ ਦੇਵੇ ਹੱਥ ਖੜੇ ਕਰ ਦੇਵੇ, ਅਸੀਂ 10 ਮਿੰਟ 'ਚ ਉਹਨੂੰ ਬੰਦੇ ਦਾ ਪੁੱਤ ਬਣਾ ਦਿਆਂਗੇ ਜਿਹੜਾ ਆਪਦਾ ਦੇਸ਼ ਦਾ ਮਾਹੌਲ ਖਰਾਬ ਕਰ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਦੇਸ਼ ਪਹਿਲਾਂ, ਪੰਜਾਬੀਅਤ ਪਹਿਲਾਂ, ਭਾਈਚਾਰਕ ਸਾਂਝ ਪਹਿਲਾਂ, ਇਹ ਹਾਲਾਤ ਨਹੀਂ ਪੈਣਾ ਹੋਣ ਤੋਂ।